ਮੰਤਰੀ ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ। ਵਿਆਹ ਵਾਲੇ ਜੋੜੇ ਦੇ ਵਿੱਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੇ ਨੇ ਮੰਤਰੀ ਅਨਮੋਲ ਗਗਨ ਮਾਨ, ਜਿਨ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਵਿਆਹ ਦੇ ਜੋੜੇ ਦੇ ਵਿੱਚ ਨਜ਼ਰ ਆ ਰਹੇ ਨੇ ਮੰਤਰੀ ਅਨਮੋਲ ਗਗਨ ਮਾਨ। ਅੱਜ ਵਿਆਹ ਦੇ ਬੰਧਨ 'ਚ ਬੱਝ ਰਹੇ ਨੇ ਵਕੀਲ, ਪੇਸ਼ੇ ਤੋਂ ਵਕੀਲ ਪਤੀ ਨੇ ਸ਼ਹਿਬਾਜ਼ ਸੋਹੀ, ਜਿਨ੍ਹਾਂ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਵੱਜਣ ਜਾ ਰਹੇ ਨੇ। ਕੁਝ ਹੀ ਦੇਰ ਦੇ ਵਿੱਚ ਆਨੰਦ ਕਾਰਜ ਹੋਣਗੇ। ਗੁਰੂ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਦੇ ਵਿੱਚ ਆਨੰਦ ਕਾਰਜ ਹੋਣ ਜਾ ਰਹੇ ਨੇ। ਕੁਝ ਹੀ ਦੇਰ ਦੇ ਵਿੱਚ ਆਨੰਦ ਕਾਰਜ ਹੋਣਗੇ ਜਿੱਥੇ ਲਾਵਾਂ ਲੈਣਗੇ ਮੰਤਰੀ ਅਨਮੋਲ ਗਗਨ ਮਾਨ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ। ਕਿਸ ਤਰੀਕੇ ਦੇ ਨਾਲ ਬੇਹੱਦ ਖੂਬਸੂਰਤ ਜੋੜੇ ਦੇ ਵਿੱਚ ਦੇਖੋ ਨਜ਼ਰ ਆ ਰਹੇ ਨੇ ਆਪਣੇ ਸਕੇ ਸੰਬੰਧੀਆਂ ਦੇ ਨਾਲ, ਪਰਿਵਾਰਕ ਮੈਂਬਰਾਂ ਦੇ ਨਾਲ ਇੱਥੇ ਗੁਰੂ ਘਰ ਦੇ ਅੰਦਰ ਬੈਠੇ ਹੋਏ ਨੇ ਮੰਤਰੀ ਅਨਮੋਲ ਗਗਨ ਮਾਨ। ਕੁਝ ਹੀ ਦੇਰ ਦੇ ਵਿੱਚ ਆਨੰਦ ਕਾਰਜ ਹੋਣਗੇ। ਆਨੰਦ ਕਾਰਜ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਬੇਹੱਦ ਖੂਬਸੂਰਤ ਦਿਖਾਈ ਦੇ ਰਹੇ ਨੇ। ਦੇਖੋ ਕਿਵੇਂ ਕਿਸ ਤਰੀਕੇ ਦੇ ਨਾਲ ਇੱਕ ਮੰਤਰੀ ਦਾ ਅਸੀਂ ਜਿਹੜਾ ਰੂਪ ਦੇਖਿਆ ਅਨਮੋਲ ਗਗਨ ਮਾਨ ਦਾ, ਗਾਇਕ ਵਜੋਂ ਵੀ ਦੇਖਦੇ ਆਏ ਹਾਂ, ਅਤੇ ਅੱਜ ਲਾੜੀ ਦੇ ਰੂਪ ਦੇ ਵਿੱਚ ਸੱਜ ਕੇ ਬੈਠੇ ਨੇ। ਗੁਰੂ ਘਰ ਦੇ ਵਿੱਚ ਲਾਵਾਂ ਹੋਣੀਆਂ ਨੇ, ਗੁਰੂ ਘਰ ਦੇ ਵਿੱਚ ਆਨੰਦ ਕਾਰਜ ਹੋਣੇ ਨੇ। ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਅਤੇ ਇੱਥੇ ਹੀ ਇੱਕ ਝਲਕ ਉਹਨਾਂ ਦੇ ਹੋਣ ਵਾਲੇ ਲਾੜੇ ਯਾਨੀ ਸ਼ਹਿਬਾਜ਼ ਸੋਹੀ ਦੀ ਵੀ ਨਜ਼ਰ ਆਈ ਹੈ। ਸੇਰਾ ਬਣ ਕੇ ਗੁਰੂ ਘਰ ਦੇ ਵਿੱਚ ਪਹੁੰਚੇ ਨੇ ਸ਼ਹਿਬਾਜ਼ ਸੋਹੀ। ਕੁਝ ਹੀ ਦੇਰ ਦੇ ਵਿੱਚ ਸ਼ਹਿਬਾਜ਼ ਸੋਹੀ, ਜੋ ਪੇਸ਼ੇ ਤੋਂ ਵਕੀਲ ਨੇ, ਆਨੰਦ ਕਾਰਜ ਹੋਣਗੇ ਗੁਰੂ ਘਰ ਦੇ ਵਿੱਚ। ਇੱਕ ਵਾਰ ਫਿਰ ਤੋਂ ਦੱਸ ਦੇ ਕਿ ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਦੇ ਵਿੱਚ ਆਨੰਦ ਕਾਰਜ ਹੋਣੇ ਨੇ। ਆਨੰਦ ਕਾਰਜ ਤੋਂ ਬਾਅਦ ਹੀ ਜ਼ੀਰਕਪੁਰ ਦੇ AKM ਮੈਰਿਜ ਪੈਲੇਸ ਦੇ ਵਿੱਚ ਸਮਾਗਮ ਰੱਖਿਆ ਹੋਇਆ। ਇਸ ਸਮਾਗਮ ਦੇ ਵਿੱਚ ਕਾਫੀ ਮੁੱਖ ਮਹਿਮਾਨ ਜਿਹੜੇ ਨੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਹੈ। ਮੁੱਖ ਮਹਿਮਾਨ ਹੀ ਇੱਥੇ ਮੌਜੂਦ ਰਹਿਣਗੇ, ਵਿਆਹ ਸਮਾਗਮ ਦੇ ਵਿੱਚ ਮੌਜੂਦ ਰਹਿਣਗੇ। ਜਿਹੜੇ ਖਾਸ ਇਹਨਾਂ ਦੇ ਮਹਿਮਾਨ ਨੇ, ਪਰਿਵਾਰਕ ਮੈਂਬਰ ਮੌਜੂਦ ਹੋਣਗੇ, ਸਗੇ ਸੰਬੰਧੀ ਮੌਜੂਦ ਹੋਣਗੇ, ਅਤੇ ਇਸ ਤੋਂ ਇਲਾਵਾ ਵੱਡੇ ਲੀਡਰਾਂ ਦੇ ਪਹੁੰਚਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ। ਫਿਲਹਾਲ ਤਸਵੀਰਾਂ ਆਨੰਦ ਕਾਰਜ ਦੇ ਪਹਿਲਾਂ ਦੀਆਂ ਦਿਖਾ ਰਹੇ ਹਾਂ ਕਿ ਆਨੰਦ ਕਾਰਜ ਤੋਂ ਪਹਿਲਾਂ ਮੰਤਰੀ ਅਨਮੋਲ ਗਗਨ ਮਾਨ ਅਤੇ ਸ਼ਹਿਬਾਜ਼ ਸੋਹੀ, ਜੋ ਪੇਸ਼ੇ ਤੋਂ ਵਕੀਲ ਨੇ, ਦੋਵੇਂ ਗੁਰੂ ਘਰ ਪਹੁੰਚ ਗਏ ਨੇ। ਗੁਰੂ ਘਰ ਪਹੁੰਚ ਗਏ ਨੇ, ਇੱਥੇ ਤੁਹਾਨੂੰ ਉਹ ਤਸਵੀਰਾਂ ਦਿਖਾ ਰਹੇ ਹਾਂ। ਦੇਖੋ ਕਿਵੇਂ ਕਿਸ ਤਰੀਕੇ ਦੇ ਨਾਲ ਲਾੜੀ ਦੇ ਜੋੜੇ ਦੇ ਵਿੱਚ ਨਜ਼ਰ ਆ ਰਹੇ ਨੇ ਅਨਮੋਲ ਗਗਨ ਮਾਨ। ਬੇਹੱਦ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਦੋਵਾਂ ਦੀਆਂ, ਅਤੇ ਕੁਝ ਹੀ ਦੇਰ ਦੇ ਵਿੱਚ ਆਨੰਦ ਕਾਰਜ ਹੋ ਜਾਣਗੇ। ਦੋਵੇਂ ਵਿਆਹ ਦੇ ਬੰਧਨ 'ਚ ਬੱਝ ਜਾਣਗੇ, ਅਤੇ ਕੁਝ ਦੇਰ ਬਾਅਦ ਹੀ ਜ਼ੀਰਕਪੁਰ ਦੇ AKM ਮੈਰਿਜ ਪੈਲੇਸ ਦੇ ਵਿੱਚ ਸਮਾਗਮ ਹੋਵੇਗਾ, ਜਿੱਥੇ ਕੁਝ ਖਾਸ ਮਹਿਮਾਨਾਂ ਦੇ ਲਈ ਦਾਵਤ ਵੀ ਸੱਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦੀਆਂ ਤਸਵੀਰਾਂ ਵੀ ਅਸੀਂ ਉਹ ਤੁਹਾਨੂੰ ਦਿਖਾਈਆਂ, ਜਦੋਂ ਅਨਮੋਲ ਗਗਨ ਮਾਨ ਦੇ ਘਰ ਵਿਆਹ ਦੀਆਂ ਰਸਮਾਂ ਹੋਈਆਂ ਨੇ। ਚੰਡੀਗੜ੍ਹ ਦੀ ਰਿਹਾਇਸ਼ ਦੇ ਵਿੱਚ ਹੀ ਇਹ ਵਿਆਹ ਦੀਆਂ ਰਸਮਾਂ ਹੋਈਆਂ ਨੇ। ਮਹਿੰਦੀ ਦੀ ਰਸਮ ਦੀਆਂ ਖਾਸ ਕਰਕੇ ਤਸਵੀਰਾਂ ਸਾਹਮਣੇ ਆਈਆਂ, DJ ਪਾਰਟੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ, ਜਿਹਦੇ ਵਿੱਚ ਬੇਹੱਦ ਖੂਬਸੂਰਤ ਤਰੀਕੇ ਦੇ ਨਾਲ ਨੱਚਦੇ ਟੱਪਦੇ ਹੋਏ ਮੰਤਰੀ ਅਨਮੋਲ ਗਗਨ ਮਾਨ ਵੀ ਨਜ਼ਰ ਆਏ, ਉਹਨਾਂ ਦੇ ਸਗੇ ਸੰਬੰਧੀ ਵੀ ਨਜ਼ਰ ਆਏ, ਬੋਲੀਆਂ ਪਾ ਕੇ ਨੱਚਦੇ ਹੋਏ ਨਜ਼ਰ ਆਏ ਸਨ। ਅਤੇ ਹੁਣ ਅੱਜ ਵਿਆਹ ਵਾਲਾ ਦਿਨ ਹੈ, ਅੱਜ ਆਨੰਦ ਕਾਰਜ ਹੋਣੇ ਹੈ। ਜ਼ੀਰਕਪੁਰ ਦੇ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਨਾਭਾ ਸਾਹਿਬ ਵਿਖੇ ਇਹ ਆਨੰਦ ਕਾਰਜ ਹੋਣੇ ਆ। ਕੁਝ ਹੀ ਦੇਰ ਦੇ ਵਿੱਚ ਲਾਵਾਂ ਲੈਣਗੇ ਇੱਕ ਦੂਸਰੇ ਦੇ ਹੋ ਜਾਣਗੇ ਮੰਤਰੀ ਅਨਮੋਲ ਗਗਨ ਮਾਨ ਅਤੇ ਸ਼ਹਿਬਾਜ਼ ਸੋਹੀ। ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਲਗਾਤਾਰ
ਤੁਹਾਨੂੰ ਅਸੀਂ ਇਹ ਅਪਡੇਟ ਦਿੰਦੇ ਰਹਾਂਗੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।